ਸਤਿ ਸ਼੍ਰੀ ਅਕਾਲ ਮੈਂ ਹਾਂ ਤਨਿਸ਼ਾ ਚੌਹਾਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ABP ਸਾਂਝਾ ਦੇ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ ਬੁਲੇਟਿਨ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁੜੀਆਂ ਦੇ ਹੈਲਮਟ ਪਾਏ ਜਾਣ ਤੇ ਸਿੱਖ ਬੀਬੀਆਂ ਨੇ ਵਿਰੋਧ ਜਤਾਇਆ ਤੇ ਨਾਲ ਹੀ ਗੱਲ ਕਰਾਂਗੇ ਕਿ ਕਿਵੇਂ ਕੈਪਟਨ ਦੇ ਦੋ ਵਿਧਾਇਕ ਪਹਿਲਾਂ ਤੇ ਨਸ਼ੇ ਤੇ ਸਿਆਸਤ ਕਰਦੇ ਨਜ਼ਰ ਆਏ ਤੇ ਹੁਣ ਦੋਵੇਂ ਦੋਸਤ ਬਣ ਗਏ ਨੇ ਨਜ਼ਰ ਪਾਉਂਦੇ ਆ ਪਹਿਲਾਂ ਹੈਡਲਾਈਨਸ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੁੜੀਆਂ ਲਈ ਹੈਲਮਟ ਜ਼ਰੂਰੀ ਕਰਨ ਦੇ ਫੈਸਲੇ ਨੂੰ ਸਿੱਖ ਬੀਬੀਆਂ ਦਾ ਚੈਲੰਜ SGPC ਤੇ ਅਕਾਲੀ ਦਲ ਦੀ ਬੀਬੀਆਂ ਨੇ ਕੀਤੀ ਬੈਠਕ ਬੀਬੀ ਜਾਗੀਰ ਕੌਰ ਨੇ ਕਾਨੂੰਨ ਥੋਪਣ ਤੇ ਜਤਾਇਆ ਇਤਰਾਜ਼ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲੇਗਾ ਵਫ਼ਦ ਇੱਕ ਦੂਜੇ ਖਿਲਾਫ਼ ਨਸ਼ੇ ਤੇ ਤਿੱਖੇ ਬਿਆਨ ਦੇਣ ਵਾਲੇ ਰਾਣਾ ਗੁਰਜੀਤ ਸਿੰਘ ਤੇ ਨਵਤੇਜ ਚੀਮਾ ਇਕੱਠੇ ABP ਸਾਂਝਾ ਤੇ ਰਾਣਾ ਤੇ ਲਾਡੀ ਸ਼ਰਵਾਲੀਆ ਨੇ ਕਿਹਾ ਸੀ ਕਿ ਚੀਮਾ ਦੇ ਹਲਕੇ ਸੁਲਤਾਨਪੁਰ ਲੋਧੀ ਤੇ ਚੀਮਾ ਨੇ ਕਿਹਾ ਸੀ ਕਿ ਸ਼ਾਹਕੋਟ ਤੇ ਕਪੂਰਥਲੇ ਹਲਕੇ 'ਚ ਵਿਕਦਾ ਨਸ਼ਾ ਦੋਵਾਂ ਨੇ ਕਿਹਾ ਮਿਸਅੰਡਰਸਟੈਂਡਿੰਗ ਸੀ ਹੁਣ ਬੈਠ ਕੇ ਸਾਰੇ ਸ਼ਿਕਵੇ ਦੂਰ ਕਰ ਲਏ ਨੇ ਹੁਣ ਸਰਕਾਰੀ ਸਕੂਲਾਂ 'ਚ ਤੁਹਾਨੂੰ ਕੋਈ ਵੀ ਮੁਲਾਜ਼ਮ ਕੁੜਤੇ ਪਜਾਮੇ 'ਚ ਨਜ਼ਰ ਨਹੀਂ ਆਵੇਗਾ ਉਹ ਇੱਕ ਡਰੈਸ ਕੋਡ ਦੇ ਵਿੱਚ ਰਹਿਣਗੇ ਇਸ ਦੀ ਜਾਣਕਾਰੀ ਸਿੱਖਿਆ ਮੰਤਰੀ OP ਸੋਨੀ ਨੇ ਚੰਡੀਗੜ੍ਹ 'ਚ ਦਿੱਤੀ ਹਾਲਾਂਕਿ ਮਹਿਲਾਵਾਂ ਦੇ ਲਈ ਕੋਈ ਖਾਸ ਨਿਰਦੇਸ਼ ਸਿੱਖਿਆ ਮੰਤਰੀ ਨੇ ਨਹੀਂ ਦਿੱਤੇ ਐਂਬੂਲੈਂਸ ਡਰਾਈਵਰਾਂ ਦੀ ਹੜਤਾਲ ਤੇ ਸਿਹਤ ਵਿਭਾਗ ਨੇ ਲਿਆ ਸਖ਼ਤ ਐਕਸ਼ਨ 36 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੀਤਾ ਫਾਰਗ ਹੜਤਾਲ ਦੇ ਦੂਜੇ ਦਿਨ 240 ਐਂਬੂਲੈਂਸਾਂ ਬੰਦ ਰਹਿਣ ਦੇ ਨਾਲ ਮਰੀਜ਼ਾਂ ਨੂੰ ਹੋਈ ਖਾਸੀ ਪਰੇਸ਼ਾਨੀ ਵਿਭਾਗ ਨੇ ਨਿੱਜੀ ਕੰਪਨੀਆਂ ਦੇ ਇਹਨਾਂ ਡਰਾਈਵਰਾਂ ਤੋਂ ਐਂਬੂਲੈਂਸ ਵਾਪਸ ਲੈਣ ਦਾ ਸੁਣਾਇਆ ਫਰਮਾਨ ਕ੍ਰੋਏਸ਼ੀਆ ਨੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਰਚਿਆ ਇਤਿਹਾਸ ਇੰਗਲੈਂਡ ਨੂੰ ਦੂਜੇ ਸੈਮੀਫਾਈਨਲ ਮੈਚ 'ਚ ਹਰਾ ਕੇ ਫਾਈਨਲ 'ਚ ਬਣਾਈ ਥਾਂ ਇੰਗਲੈਂਡ ਨੂੰ 2-1 ਦੇ ਨਾਲ ਹਰਾਇਆ T20 ਲੜੀ ਜਿੱਤਣ ਤੋਂ ਬਾਅਦ ਟੀਮ ਇੰਡੀਆ ਕਰੇਗੀ ਇੰਗਲੈਂਡ ਖਿਲਾਫ ਵਨ ਡੇ ਸੀਰੀਜ਼ ਦਾ ਆਗਾਜ਼ ਭਾਰਤ ਇੰਗਲੈਂਡ ਦੇ ਨਾਲ ਖੇਡੇਗੀ 3 ਮੈਚਾਂ ਦੀ ਵਨ ਡੇ ਸੀਰੀਜ਼ ਕੋਹਲੀ ਦੀ ਬ੍ਰਿਗੇਡ ਨੇ ਇੰਗਲੈਂਡ ਤੋਂ 3 ਮੈਚਾਂ ਦੀ T20 ਲੜੀ 2-1 ਦੇ ਨਾਲ ਜਿੱਤੀ ਸੀ ਕਰਦੇ ਬੁਲੇਟਿਨ ਦੀ ਸ਼ੁਰੂਆਤ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਸੁਣਾਇਆ ਹੈ ਕਿ ਚੰਡੀਗੜ੍ਹ ਦੇ ਵਿੱਚ ਹੁਣ ਕੁੜੀਆਂ ਵੀ ਹੈਲਮਟ ਪਾਉਣਗੀਆਂ ਹਾਲਾਂਕਿ ਦਸਤਾਰਧਾਰੀ ਬੀਬੀਆਂ ਨੂੰ ਜ਼ਰੂਰ ਛੂਟ ਦਿੱਤੀ ਗਈ ਹੈ ਪਰ ਹੁਣ ਸਿੱਖ ਸਮਾਜ ਦੀਆਂ ਬੀਬੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਸਿੱਖ ਬੀਬੀਆਂ ਦੇ ਉੱਤੇ ਥੋਪਿਆ ਨਹੀਂ ਜਾ ਸਕਦਾ ਇਸ ਬੈਠਕ ਦੇ ਵਿੱਚ ਖਾਸ ਤੌਰ ਤੇ ਬੀਬੀ ਜਗੀਰ ਕੌਰ ਵੀ ਸ਼ਾਮਲ ਸਨ ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹ ਇਸ ਫੈਸਲੇ ਨੂੰ ਨਹੀਂ ਮੰਨਣਗੇ ਤੇ ਕਾਲ ਤਖ਼ਤ ਜਾਣਗੇ ਬੀਬੀ ਜਗੀਰ ਕੌਰ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਬੀਬੀ ਸਾਂਝਾ ਦੇ ਸੀਨੀਅਰ ਕੋਰਸਪੋਂਡੈਂਟ ਗਗਨਦੀਪ ਸ਼ਰਮਾ ਨੇ ਦੇਖੋ ਪਹਿਲਾਂ ਤਾਂ ਅਸੀਂ ਜੋ ਸਾਨੂੰ ਰਹਿਤਨਾਮਿਆਂ ਵਿੱਚ ਦਿੱਤਾ ਗਿਆ ਸਿੱਖਾਂ ਨੂੰ ਉਹਦੇ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਕਿਉਂਕਿ ਰਹਿਤਨਾਮੇ ਵਿੱਚ ਜੋ ਸਿੱਖ ਨੂੰ ਹਦਾਇਤਾਂ ਕੀਤੀਆਂ ਗਈਆਂ ਅਸੀਂ ਉਹਦੇ 'ਤੇ ਚੱਲਾਂਗੇ ਕੋਈ ਵੀ ਕਾਨੂੰਨ ਐਸਾ ਸਾਡੇ ਉੱਤੇ ਨਹੀਂ ਥੋਪਿਆ ਜਾ ਸਕਦਾ ਜਿਹੜੇ ਸਾਡੇ ਰਹਿਤ ਮਰਿਆਦਿਆਂ ਨੂੰ ਖੋਰਾ ਲਾਵੇ ਦੂਜੀ ਗੱਲ ਕਿ ਮੌਤ ਜਿਹੜੀ ਹੈ ਉਹ ਅਟਲ ਸੱਚਾਈ ਹੈ ਕੋਈ ਚੀਜ਼ ਸਾਨੂੰ ਬਚਾ ਨਹੀਂ ਸਕਦੀ ਜਦੋਂ ਸਾਡੀ ਮੌਤ ਨੇ ਆਉਣਾ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਅਤੇ ਸਿੱਖਾਂ ਨੇ ਹਮੇਸ਼ਾ ਭਾਣੇ 'ਚ ਹੀ ਰਹਿਣਾ ਸਿੱਖਿਆ ਸਾਨੂੰ ਗੁਰੂ ਨੇ ਭਾਣੇ 'ਚ ਹੀ ਸਿਖਾਇਆ ਜੇ ਬਚਾਅ ਦੀ ਗੱਲ ਹੁੰਦੀ ਤਾਂ ਭਾਈ ਤਾਰੂ ਸੇ ਖੋਪਰੀ ਕੋਈ ਲਵਾ ਦਿੰਦੇ ਫਿਰ ਆਰਿਆਂ ਨਾਲ ਕੋਈ ਚੀਰੇ ਗਏ ਫਿਰ ਬੰਦ ਬੰਦ ਕੋਈ ਕਟਵਾ ਦਿੱਤੇ ਅਸੀਂ ਤਾਂ ਭਾਣੇ 'ਚ ਰਹਿਣਾ ਆਪਣੇ ਗੁਰੂ ਲਈ ਕੁਰਬਾਨ ਹੋਣਾ ਆਪਣੇ ਗੁਰੂ ਦੀ ਰਹਿਤ ਮਰਿਆਦਾ ਲਈ ਕੁਰਬਾਨ ਹੋਣਾ ਅਤੇ ਜੇ ਸਾਨੂੰ ਇਹ ਕੋਈ ਕਵੇ ਕਿ ਬੀਬੀਆਂ ਤਾਂ ਬਚ ਜਾਣਗੀਆਂ ਜੇ ਹੈਲਮਟ ਪਾ ਲੈਣਗੀਆਂ ਤਾਂ ਬਚ ਜਾਣਗੀਆਂ ਨਹੀਂ ਤਾਂ ਮਰ ਜਾਣਗੀਆਂ ਅਤੇ ਜੇ ਫਿਰ ਭਾਈ ਆਪਣੇ ਗੁਰੂ ਦੇ ਸਮਰਪਿਤ ਹੋ ਕੇ ਸਾਨੂੰ ਵਿਸ਼ਵਾਸ ਹੀ ਨਹੀਂ ਤਾਂ ਫਿਰ ਸਾਨੂੰ ਹੈਲਮਟ ਦਾ ਵਿਸ਼ਵਾਸ ਹੈ ਕੀ ਸਬੂਤ ਹੈ ਕਿ ਹੈਲਮਟ ਪਾਉਣ ਵਾਲਾ ਬਚ ਜਾਏਗਾ ਕੀ ਸਬੂਤ ਹੈ ਕਿ ਐਕਸੀਡੈਂਟ ਹੋ ਕੇ ਜੇ ਕਿਸੇ ਪੇਟ ਤੋਂ ਜਾਂ ਛਾਤੀ ਤੋਂ ਗੱਡੀ ਲੰਘ ਗਈ ਤਾਂ ਉਹ ਬਚ ਜਾਏਗਾ ਸੋ ਇਸ ਕਰਕੇ ਮੌਤ ਦਾ ਸਾਨੂੰ ਕੋਈ ਡਰ ਨਹੀਂ ਸਾਡੇ 'ਤੇ ਸਿੰਘਾਂ ਨੇ ਜਦੋਂ ਵਰਲਡ ਵਾਰ ਲੱਗੀ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਹੈਲਮਟ ਪਾਓ ਉਹਨਾਂ ਕਿਹਾ ਨਹੀਂ ਅਸੀਂ ਦਸਤਾਰ ਬਣ ਕੇ ਪੱਗਾਂ ਬੰਨ ਕੇ ਅਸੀਂ ਲੜਾਈ ਲੜਾਂਗੇ ਅਸੀਂ ਹੈਲਮਟ ਨਹੀਂ ਪਾਉਣੇ ਉਹਨਾਂ ਕਿਹਾ ਫਿਰ ਤੁਸੀਂ ਜੇ ਗੋਲੀ ਸਿਰ 'ਚ ਲੱਗ ਗਈ ਉਹਨਾਂ ਕਿਹਾ ਗੋਲੀ ਲੱਗ ਜੇ ਸਿਰ 'ਚ ਅਸੀਂ ਮਰ ਜਾਈਏ ਅਸੀਂ ਕੋਈ ਹਰਜਾਨਾ ਨਹੀਂ ਮੰਗਾਂਗੇ ਅਤੇ ਜੇ ਸਿੱਖਾਂ ਨੂੰ ਇੰਨਾ ਵਿਸ਼ਵਾਸ ਹੈ ਆਪਣੇ ਗੁਰੂ ਦੇ ਉੱਤੇ ਅਤੇ ਸਿੱਖ ਬੀਬੀਆਂ ਨੂੰ ਵੀ ਵਿਸ਼ਵਾਸ ਹੈ ਕਿ ਅਸੀਂ ਆਪਣੇ ਗੁਰੂ ਵਾਸਤੇ ਜੋ ਸਾਨੂੰ ਰਹਿਤ ਵਿੱਚ ਦਿੱਤਾ ਗਿਆ ਕਿ ਹੋਏ ਸਿੱਖ ਰਹਿਤਨਾਮੇ 'ਚ ਕਿਹਾ ਕਿ ਹੋਏ ਸਿੱਖ ਸੇ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਅਸੀਂ ਬਿਲਕੁਲ ਇਸ ਗੱਲ ਦੇ ਖਿਲਾਫ਼ ਹੈ ਔਰ ਜੋ ਪ੍ਰਸ਼ਾਸਨ ਚੰਡੀਗੜ੍ਹ ਨੇ ਕਾਨੂੰਨ ਪਾਸ ਕੀਤਾ ਸਾਡੇ ਉੱਤੇ ਕਾਨੂੰਨ ਥਾਪਿਆ ਨਹੀਂ ਜਾ ਸਕਦਾ ਕੋਈ ਕਾਨੂੰਨ ਮੰਨਣਾ ਚਾਹੇ ਉਹ ਮੰਨ ਲਏ ਜੀ ਕਰੇ ਉਹ ਕਰੇ ਜੀ ਕਰੇ ਨਾ ਕਰੇ ਪਰ ਅਸੀਂ ਜ਼ਬਰਦਸਤੀ ਕਾਨੂੰਨ ਦੀ ਪਾਲਣਾ ਨਹੀਂ ਕਰਾਂਗੇ ਯੂਟੀ ਪ੍ਰਸ਼ਾਸਨ ਤੇ NDA ਗਵਰਨਮੈਂਟ ਦੇ ਅੰਦਰ NDA ਦੀ ਭਾਈਵਾਲ ਅਕਾਲੀ ਦਲ ਵੀ ਹੈ ਗਵਰਨਮੈਂਟ ਹੋਵੇ ਜੀ ਕਿਸੇ ਦੀ ਵੀ ਹੋਵੇ
अज यूटी ने किया भलके पंजाब गवर्नमेंट करेगी फिर दिल्ली गवर्नमेंट करेगी फिर हरियाणा गवर्नमेंट करेगी फिर तो सिख बीबिया वास्ते कानून बन गया जे असं अच्छ बोलेंगे नहीं तो फिर कानून जो भी बनाई जाएगा असं चली जावे विरोध का की प्रोसैस होगा सब तो पहला की करो देखो पहला तो असं हूँ श्री अकाल तख्त साहब के जथेदार साहब जी को जा रहे साढ़े जो पहला सिस्टम है कि पहला अपने मुखी के कोल जाइए सिंह साहब के कोल कि वह भी हदायत जारी कर कि यह काम ना किया जाए उस तो बाद असं गवर्नर साहब को मिलेंगे चंडीगढ़ प्रशासन के मुखी बीबी जी इन्होंने फैसला ना तो फिर अगला आखिरी संघर्ष बात करेंगे ना गल मुड़के नहीं तुम मैंने बुला इतने पहला जिथे नशे ते सियासत कर रहे सन तां हुण मंत्री बन गए ने गल कर रहे हैं राणा गुरजीत सिंह दी ते नाल ही नवतेज चीमा दी जिन्हां ने एबीपी सांझा ते एक्सक्लूसिव बयान दिता है कि हुण उन्हां दे विच जिहड़ी मिसअंडरस्टैंडिंग सी ओह क्लीयर हो गई है ते हुण ओह दोस्त ने की खास गलबात रही दिखांदे आ तुहानू एबीपी सांझा दे प्रिंसिपल कोरेस्पोंडेंट यादविंदर सिंह दी है खास रिपोर्ट की लग्या कि सियाणप इसे गल च ही है कि बैठ जाइए बयानबाजी करते करते अज तुसी दोवें इकट्ठे बैठे हो देखो सांझे च अज असीं पहलां पहली बार इकट्ठे बैठे हाँ वैसे असीं अक्सर इकट्ठे बैठी दा ते जिथे ताईं बयानबाजी की गल है कई दफ़ा मिसअंडरस्टैंडिंग हो जाती है कई दफ़ा मिसकोट हो जाता बंदा और ये कोई दो राय नहीं कि लाडी का बयान सगा कि लाटियां और एक कोई होर पिंड नशा बिकता नशा कल ही लाटियां तो ना बिकता राणे गुरजीत की आपकी कॉन्स्टिचुएंसी मैं तिना चौं प्रोमिनेंट जगह पर नौ गिना दिना जिते नशा बिकता ये कि लाडी के हल्के नहीं बिकता वो भी दो तीन पिंड गिना दिना ये जो नशा बिकता तो सारे पंजाब ही बिकता और जो रुकना ना कैप्टन अमरिंदर सिंह जी ने रोकने का हम मन बनाया मैं लग रहा तो वह सारे पंजाब रुकना आ लगता नवतेज ये लग्या कि दुश्मनी नालों दोस्ती ठीक है जिहड़ी गल अगे राणा जी ने कही आ बिल्कुल मिसअंडरस्टैंडिंग हो जाती कई बार गल कोई होर होंगी आ बण होर जाती है ये साड़ियाँ गल् भी इदा ही बन गई इन्ने दिन मिसअंडरस्टैंडिंग चलती रही क्यों है मिसअंड तुम्हें लगता जो मिसअंडरस्टैंडिंग से इन्ने दिन क्यों चलती रही गल हो नहीं आपस के गल जदों हुई उदों गल सामने आई और देखिया सारा कोई बंदे होंगे कई जिन्होंने कई खबर गर्म करनी होंदियां जां कोई इहो जिहा गल करनी हुंदी है कोई इहो जिही गल नहीं गल उन्होंने भी दसी साडे एरिए च वी जिथे जिथे वेखदा पता और बड़ा कैप्टन साहब ने कंट्रोल करन दी जिहड़ी हुण अगे वी कंट्रोल राणा जी ने तो मन्निया कि मेरे हल्के च वी बिकदा हैगा और उहनूं बंद करन दीआं कोशिशां हो रहीआं ने तुहाडे हल्के च बिकदा नशा बिल्कुल उह दसदे जिथे जिथे बिकदा आ सारे जगह ते बंद करन दीआं कोशिशां बड़े जोरदार तरीके हो रही और उन्होंने पिंडा सौ सौ परचा होया और हुण बिल्कुल कैप्टन साहब ने जिदा दस्या मन बनाया इस चीज़ का भी नशा बिल्कुल और लोगों ने भी मन बनाया इस चीज़ का और ये हुण जिदा दीवे चो तेल खत्म हुंदा ना फटफड़ाउंदा बहुत वो हुण उस तरीके नाल हुण नशा भी जिहड़ा वो लास्ट स्टेज ते आ कुछ लोग कहिंदे ने नज़दीकियां दा मामला भी है वी सीएम नाल राणा दीआं नज़दीकियां ने जां नवतेज चीमा उन्हां दे नज़दीक होण लग गए क्योंकि सुल्तानपुर लोधी अगले साल बहुत वड्डा प्रोग्राम भी आ रहा है काफ़ी मीटिंगा होंदियां ने अजकल तुहाडियां कैप्टन नाल ये तो देखो सारिया का साझा प्रोग्राम आ गुरु नानक देव जी कल नवतेज चीमे दे नहीं जां होर किसे दे नहीं राणा जी साडे उस जिले दे आ और सीएम साहब ने और सारे पंजाबियों ने यह जिहड़ा गुरु नानक देव जी का 550 साल आ रहा वो बड़े जोरदार तरीके और शानदार ढंग मना और सारे का फर्ज बनता सारी पार्टी नेड़ता वाला रौला तो नहीं कोई सीएम नाल नेड़ता का रौला तो नहीं कोई सारे की नेड़ता सीएम साहब ना सीएम जिहड़े हुंदे पंजाब वो सारे साडे एमएलए और सारे पार्टी के वर्करां दे वो हैड आ और उन्हां दा नेड़ता सारिया का साडी नेड़ता आ राणा जी की मतलब तुहानू ये गल तो समझाओगे ना कि हो कि क्यों ऐ होया क्योंकि अक्सर पार्टियां चाहे पार्टियां की बड़ी अंडरस्टैंडिंग होंदी है विरोध पार्टी च हुंदी हुंदे ने हर बंदा एक दूजे नूं खुड्डे लैण लाउणा चाहुंदा सियासत च इह भी सब नूं पता हैगा ऐ क्यों हो क्यों गया ऐ तुहानू लगदा नहीं होना चाहीदा सी देखो गल इक सुन लो जिन्ना आउट ऑफ प्रपोर्शन ब्लो अप कीता गया बगैर मतलब दे और कल मैं दोवां वीरां नूं अपने नूं सद्या मैं कहिंदा सवेर की प्रॉब्लम की आ प्रॉब्लम किसी ने किसी ने कुछ नहीं बस तू आ बयान क्यों देता छोटी छोटी गल् हो ये हर जगह होनी कोई खाली कांग्रेस पार्टी या कपूरथला जलंधर च ही नहीं ये सारे पंजाब सारे हिंदुस्तान च इदा है लेकिन कोई इन्हों का विशेष मसला नहीं आ और सारे ही नशा खत्म करने की गल कर रहे हैं तो बुरा कहदे लई मनना किसी ने कोई बुरा नहीं मनिया वो कहता यार जो मर्जी बोलो मैं खुद कहना मेरे हल्के पिंड ने मैं गिनाए आ मैं एस एस पी भी गिनाए हुण नवा एस एस पी आएगा आया इहनूं भी दस्सा इतराज दी गल नहीं कि 1.5 साल हो गया सरकार नूं अजे भी पिंडां च नशा तुसीं भी कह रहे हो नवतेज जी भी कह रहे ने कि है तो है पर खत्म करन दी कोशिश हो रही है तुहानूं लगदा नहीं इतराज दी है पंजाब दी देखो गल आ आपां
मैं खुल के गल करनी चाहना कि कैप्टन अमरिंदर सिंह जी ने गुटका फड़िया, बिल्कुल मानदा, प्रयास किया वो भी थोड़े सामने आ किया, उन्होंने सच्चे मन ना किया नशा खत्म करने की गल। लेकिन मैं समझदा ये जी नशा अज की डेट च जो ड्रग आ, ड्रग अवेलेबल नहीं, जे ड्रग अवेलेबल नहीं बच्चे होर ड्रग्स से जा रहे जे लेने नहीं चाहिए। मैनू तो गोलियां के नाम नहीं पता, लेकिन मैं सुनया कि एक गोली नाल चार बच्चों के सिरिंज लग जाती है, जिदे थोड़ी जी वध लग जाती उत्थे डिग पैंदा। सो गल आ कि भी जिथे सरकार कोई भी हो, मुख्यमंत्री अज कैप्टन अमरिंदर सिंह जी ने बिल्कुल ठीक है, लोग सवाल तो मुख्यमंत्री पूछणगे, लेकिन ये जिम्मेवारी ना केवल मुख्यमंत्री की, सारी कैबिनेट की, सारे MLA की, सारिया पार्टीज़ की, और पार्टीज़ भी छड़ दी आप पॉलिटिक्स भी छड़ दी, आप गल करिए पंजाब की, तो पंजाब के हर व्यक्ति का फर्ज बनता कि इस मुहिम जुड़े। और एक आप कही कि खाली मुख्यमंत्री कर देगा या खाली पुलिस दूर कर देगी, मैनू भुलेखा, वो माता पिता का भी रोल है, तो अपन अपने बच्चों बारे भी सोचना पेगा, समाज में भी उन्होंने बच्चों बारे सोचना पेगा जो गुमराह हो रहे हैं। एक कलैक्टिव रिस्पोंसीबिलिटी वालू गल जानी चाहिए आ, पंजाब का भला ता हो सकता। नवतेज जी, जे मान लो ए चलता रहा, क्योंकि नशे के मसले पर दो MLA आमो सामने से, कोई तीजा बंदा नहीं सी कह रहा, जे ए चलता रहा तुम्हें लगता नहीं 2019 वड्डा नुकसान हो जू तुहाडा जे नशे का मसला ए रहा, हालांकि सरकार दावा कर रही है काम करन दा? ये देखो हुण पंजाब दे विच लोक लहर बन चुकी है, नशा जिहड़ा हुण खत्म कर ली, लोक लहर बन चुकी है, और सरकार भी हर बंदा इस गल तैयार आ। मैनूं पूरी उम्मीद आ भी ये नशा जिहड़ा हुण ये छेती जिहड़ा इहदा खत्म होऊगा। और नौजवान साडे, मैं अपील करना चाहुंदा तुहाडे ABP सांझा दे जरिए भी नौजवानों नूं भी अपने सही राह चुनो, और इन्हां चीज़ों का जिहड़ा अंत उह देख लिया भी मौत आ इन्हां चीज़ों की। हुण जिहड़े मैं प्रिंसीपलां नाल मीटिंग की अपने हल्के दे सारे प्रिंसीपल जिन्हें भी हैं, और उन्होंने बड़ी जिम्मेवारी ने कहा भी प्लस टू तक साढ़े को बच्चे 700 बच्चा किसी स्कूल, किसी 500 बच्चा, और प्रिंसीपल ने सारे ने कहा भी साढ़े स्कूल दे विच कोई बच्चा अडिक्ट होगा तो असी ना वो अस्तीफा देंगे और अपनी जॉब छड्डन लई तैयार हाँ। अगली जिहड़ी पीढ़ी है ना साडी, वह गल समझ चुकी आ, जिहड़े पिछे लगे सीगे जिहड़े इस चीज़ च बहुत अगे तक जा चुके सी, उन्हां दा नुकसान हो रहा, अगले जिहड़े नौजवान वह अगली पीढ़ी समझ चुकी है। अच्छा, राणा जी ने कहा कि बिठाता तुहानू दोवां नू, हुण हो गई अंडर मिसअंडरस्टैंडिंग जी दूर हो गई, हुण कदे दुबारा तो नहीं होगा लाडी शेरोवाली वर्सिज नवतेज चीमा? नहीं नहीं, साडा भरा आ लाडी भी नवें MLA बने, जोर लाया सारे ने असी, राणा जी उत्थे इंचार्ज रहे आ, सारे इकट्ठे असी जोर लाते रहे हैं, वो गल दे जदों गल ही नहीं हुई एक दूजे नाल, कुदरती मौका ही नहीं बनया, और जदों गल की गल कुछ भी नहीं निकली विचों, वो तो हुण जिदा जनरली आप ना लै दें उन्नी गल ही हुई, गांह की गांह थोड़ा जा चक दियाँ गल्लां वो जी आ कहता आ कहता, वो फिर कई बार मिसअंडरस्टैंडिंग सारे घर च भी हो जाती है, परिवार च हो जाती है, तो फिर भी साडा परिवार है, सारे पार्टी कांग्रेस के MLA और सारे साथी साडे परिवार आ। ਹੁਣ ਸਰਕਾਰੀ ਸਕੂਲਾਂ ਦੇ ਮੁਲਾਜ਼ਮ ਤੁਹਾਨੂੰ ਪੂਰੀ ਡਰੈਸ ਕੋਡ ਦੇ ਵਿੱਚ ਨਜ਼ਰ ਆਣਗੇ। ਇਸ ਦੇ ਨਿਰਦੇਸ਼ ਸਿੱਖਿਆ ਵਿਭਾਗ ਨੇ ਦਿੱਤੇ ਨੇ ਤੇ ਜਾਣਕਾਰੀ ਦਿੱਤੀ ਹੈ ਸਿੱਖਿਆ ਮੰਤਰੀ OP ਸੋਨੀ ਨੇ। ਹਾਲਾਂਕਿ ਮਹਿਲਾਵਾਂ ਦੇ ਲਈ ਕੋਈ ਖਾਸ ਡਰੈਸ ਕੋਡ ਨਹੀਂ ਰੱਖਿਆ ਗਿਆ। ਹੁਣ ਸਰਕਾਰੀ ਸਕੂਲਾਂ 'ਚ ਤੁਹਾਨੂੰ ਕੋਈ ਵੀ ਮੁਲਾਜ਼ਮ ਕੁੜਤੇ ਪਜਾਮੇ 'ਚ ਨਜ਼ਰ ਨਹੀਂ ਆਵੇਗਾ, ਉਹ ਇੱਕ ਡਰੈਸ ਕੋਡ ਦੇ ਵਿੱਚ ਰਹਿਣਗੇ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ OP ਸੋਨੀ ਨੇ ਚੰਡੀਗੜ੍ਹ 'ਚ ਦਿੱਤੀ। ਜੇ ਟੀਚਰ ਹੀ ਜਿਹੜੇ ਡਰੈਸ ਪਾ ਕੇ ਨਾ ਜਾਣਗੇ ਉੱਥੇ ਕਮੀਜ਼ ਪਜਾਮਿਆਂ ਨਾਲ ਜਾਣਗੇ ਤਾਂ ਬੱਚੇ ਵੀ ਕੱਲ੍ਹ ਸਕੂਲਾਂ 'ਚ ਕਮੀਜ਼ ਪਜਾਮਿਆਂ ਨਾਲ ਆਉਣਗੇ। ਸੋ ਇਹਨਾਂ ਨੂੰ ਮੈਂ ਰਿਕੁਐਸਟ ਕੀਤੀ ਆ ਵੀ ਕਿਸੇ ਨੇ ਕਮੀਜ਼ ਪਜਾਮੇ ਦੇ ਨਾਲ ਜਿਹੜਾ ਉਹ ਬੱਚਿਆਂ ਦੇ ਸਕੂਲ 'ਚ ਡਿਊਟੀ ਵਾਲੇ ਦੀ। ਹਾਲਾਂਕਿ ਮਹਿਲਾਵਾਂ ਦੇ ਲਈ ਕੋਈ ਖਾਸ ਨਿਰਦੇਸ਼ ਸਿੱਖਿਆ ਮੰਤਰੀ ਨੇ ਨਹੀਂ ਦਿੱਤੇ ਨੇ। ਨੋ, ਫ੍ਰੀ ਮੇਲ ਟੀਚਰ ਤਾਂ ਕੋਈ ਨਹੀਂ, ਮੈਂ ਤੇ ਉਹਨਾਂ ਦੇ ਲਾਈ ਜਿਹੜੇ ਲੀਡਰ ਨੇ। ਸਿੱਖਿਆ ਮੰਤਰੀ ਨੇ ਇਸ ਨੂੰ ਕੋਈ ਪਾਲਿਸੀ ਦਾ ਹਿੱਸਾ ਨਹੀਂ ਬਲਕਿ ਫਰਜ਼ ਦੱਸਿਆ। ਸਰ, ਮੇਰੀ ਜੋ ਸੋਚ ਹੈ ਮੈਂ ਉਹਦੇ ਮੁਤਾਬਕ ਟੀਚਰਾਂ ਨੂੰ ਕਿਹਾ, ਉਹਦੇ ਮੁਤਾਬਕ ਟੀਚਰਾਂ ਨੂੰ ਕਿਹਾ, ਸਾਡਾ ਫਰਜ਼ ਵੀ ਬਣਦਾ। ਪਰ ਸਿੱਖਿਆ ਮੰਤਰੀ OP ਸੋਨੀ ਨੇ ਗੈਰ ਕਾਨੂੰਨੀ ਤਬਾਦਲੇ ਕਰਵਾਉਣ ਵਾਲਿਆਂ ਨੂੰ ਜ਼ਰੂਰ ਖਬਰਦਾਰ ਹੋਣ ਲਈ ਆਖਿਆ। ਮੈਂ ਕਿਹਾ ਜੀ, ਟ੍ਰਾਂਸਫਰਾਂ 'ਚ ਜਿਹੜਾ ਕਈ ਰੌਲਾ ਪੈਂਦਾ ਰਿਹਾ, ਮੈਂ ਉਹਨਾਂ ਨੂੰ ਆਖਿਆ ਵੀ ਕੋਈ ਵੀ ਟੀਚਰ ਕਿਸੇ ਲੈਵਲ 'ਤੇ ਵੀ ਉਹਨਾਂ ਨੇ ਕੋਈ ਇੱਧਰ ਉੱਧਰ ਕੰਮ ਕੀਤਾ, ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਨਾ ਆਪਣੀ ਟ੍ਰਾਂਸਫਰ ਕਰਾਈ ਆ ਮੇਰੇ ਕੋਲ, ਕਿਉਂਕਿ ਮੈਨੂੰ ਇੱਕ ਟ੍ਰਾਂਸਫਰ ਦਾ ਪਤਾ। ਸੋ ਇਹਦੇ ਕੋਈ ਨਹੀਂ, ਮੈਂ ਤਾਂ ਗਿਆ ਕਿ ਜੇ ਕਿਸੇ ਨੇ ਫਿਰ ਵੀ ਕਿਸੇ ਤਰੀਕੇ ਨਾਲ ਕਿਸੇ ਨੂੰ ਇਹੋ ਜਿਹਾ ਕੰਮ ਗਲਤ ਕੰਮ ਨਾਲ ਕਰਾਈ ਆ ਤਾਂ ਉਹ ਮੈਨੂੰ ਆਣ ਕੇ ਦੱਸਣ, ਉਹਨੂੰ
दस्या भी जो सीक्रेट रखांगे उन्हें पूरा उसका मानित करांगे उन्हें नाम भी देंगे। मैं आप गल कही है सरकारी स्कूलों च ड्रेस कोड लगवाउन दी गल तां विभाग जरूर कर रहा पर इस नूं लैके कोई भी सख्त कदम उठाउन दी गल सामने नहीं आई। एम्बुलेंस ड्राइवरां दी हड़ताल ते सेहत विभाग ने सख्त एक्शन लैंदिया 36 मुलाजमान नूं नौकरी तों फारग कर दिता है ते नाल ही निजी कंपनियां दे इन्हां ड्राइवरां कोलों एम्बुलेंस लैण दे लई पुलिस नूं भी भेजिया गया। देखदे हां खास रिपोर्ट। एम्बुलेंस ड्राइवरां दी हड़ताल ते सेहत विभाग ने सख्त एक्शन लैंदिया 36 मुलाजमान नूं नौकरी तों फारग कर दिता। हड़ताल दा अज दूजा दिन सी। हड़ताल दौरान 240 एम्बुलेंसां बंद रहण दे नाल मरीजां नूं खासी परेशानी हो रही सी। साडी हड़ताल कल 8 बजे तक सी। असीं हड़ताल खत्म करनी सी। साडी कंपनी ने 35 बंदे जिहड़े टर्मीनेट करते कल दे। किहड़े जिले तों कीते? गुरदासपुर जिले तों टर्मीनेटर बंदे करते। उहदे तां ही असीं हड़ताल फिर वधाउणी पई सानूं। असीं इहनां नूं कंपनी नाल आखिया साडे बंदे बहाल कर दो, असीं हड़ताल खत्म कर दिंदे आ। सर असीं रात दे इत्थे गड्डियां इकट्ठियां कीतियां होईआं सी, अपने शांतमई ढंग नाल बैठे हुए ही। पुलिस मुलाजम आए ने, हुण साडे कोल हैंडओवर लै रहे ने गड्डियां दे। तुहानूं हुण फारग करता तुहानूं ही कंपनी ने? नहीं, कंपनी सानूं नहीं रख रही। कंपनी नवें बंदे चाह रही जिन्हां कोल इस टाइम ना तो कोई जमैनिक लैटर है ना ही लाइसेंस दिखा रहे। अनरेट बंदे चाह रहे ने क्योंकि सानूं ट्रेनिंग दित्ती गई ही। दो दो तीन तीन महीने दी ट्रेनिंग लाई है पर नवें बंदे किसी ने ट्रेनिंग नहीं लाई हैगी। पुलिस उहनां दी हैल्प कर रही है। पुलिस आ के साडे कोल चाबियां लै के उहनां नूं दे रही है। किन्नां दी हैल्प कर रही है? कंपनी दी कर रही है सर। इन्ना ही नहीं, विभाग ने निजी कंपनियां दे इन्ना ड्राइवरां तो एम्बुलेंसां वापस लैण दा फरमान भी सुना दिता। पुलिस पूरे अमले दे नाल सिविल अस्पताल पुजी ते एम्बुलेंसां लैनियां शुरू कीतियां। 108 एम्बुलेंस वाले दी स्ट्राइक है, उहदे संबंध विच लॉ एंड आर्डर नूं मेनटेन रखण लई इत्थे पुलिस नूं बुलाया गया। असीं इहो जिहड़ी है लॉ एंड आर्डर नूं मेनटेन करन लई इत्थे आए हां। ਕੋਈ ਲਾਅ ਐਂਡ ਆਰਡਰ ਖਰਾਬ ਦੀ ਕੋਈ ਕੰਪਲੇਂਟ ਮਿਲੀ ਸੀ ਤੁਹਾਨੂੰ ਕਿ ਮਾਹੌਲ ਖਰਾਬ ਹੋਏਗਾ? ਹੋ ਸਕਦਾ ਜੀ, ਹੋ ਸਕਦਾ ਸੀਗਾ ਕਿਉਂਕਿ ਜਿਸ ਤਰ੍ਹਾਂ ਇੱਥੇ ਨਾਰੇਬਾਜ਼ੀ ਤੇ ਦੂਜੀਆਂ ਕੰਪਨੀਆਂ ਦਾ ਇਹਨਾਂ ਦਾ ਆਪਸੇ ਤਕਰਾਰ ਚੱਲ ਰਿਹਾ ਸੀ, ਕਿਸੇ ਸਮੇਂ ਵੀ ਕੋਈ ਵੀ ਘਟਨਾ ਵਾਪਰ ਸਕਦੀ ਸੀ। ਗੱਡੀਆਂ ਨਹੀਂ, ਇਹ ਤਾਂ ਕੰਪਨੀ ਵਾਲੇ ਦੱਸਣਗੇ, ਸਰਕਾਰ ਦਾ ਕੰਮ ਹੈ। ਗੱਡੀਆਂ ਨਾਲ ਸਾਡਾ ਕੋਈ ਤਲਕ ਨਹੀਂ ਹੈ, ਸਾਡਾ ਸਿਰਫ ਲਾਅ ਐਂਡ ਆਰਡਰ ਨਾਲ ਰਿਲੇਟਡ ਹੈਗਾ ਪੁਲਿਸ ਦਾ ਕੰਮ। ਧੱਕੇ ਨੇ ਗੱਡੀ ਸਰਕਾਰ ਦੀ ਹੈ, ਧੱਕੇ ਨਾਲ ਲੈਣ ਵਾਲਾ ਸਵਾਲ ਹੀ ਨਹੀਂ। ਇਹ ਤਾਂ ਮਾਲਕ ਹੀ ਨਹੀਂ ਗੱਡੀ ਦੇ, ਸਰਕਾਰ ਦੀਆਂ ਗੱਡੀਆਂ ਨੇ ਤੇ ਉਹ ਕੰਪਨੀ ਲੈ ਰਹੀ ਹੈ। ਜੋ ਪ੍ਰੋਸੀਜਰ ਉਹਨਾਂ ਦਾ ਉਹਦੇ ਥਰੂ ਲੈ ਰਹੀ ਗੱਡੀਆਂ। ਵਿਭਾਗ ਦੀ ਸਖਤੀ ਦਾ ਫਾਇਦਾ ਮਰੀਜ਼ਾਂ ਨੂੰ ਤਾਂ ਜ਼ਰੂਰ ਹੋਵੇਗਾ। ਵੇਖਣਾ ਹੋਵੇਗਾ ਕਿ ਵਿਭਾਗ ਤੇ ਡਰਾਈਵਰ ਯੂਨੀਅਨ 'ਚ ਇਸ ਤੋਂ ਬਾਅਦ ਸਮਝੌਤਾ ਹੋਵੇਗਾ ਜਾਂ ਵਿਭਾਗ ਦੇ ਲਈ ਡਰਾਈਵਰ ਨਾ ਹੋਣ ਤੇ ਨਵੀਂ ਚੁਣੌਤੀ ਖੜੀ ਹੋਵੇਗੀ। ਬੁਲੇਟਿਨ 'ਚ ਹੁਣ ਗੱਲ ਖੇਡ ਜਗਤ ਤੋਂ। ਫੀਫਾ ਵਿਸ਼ਵ ਕੱਪ ਦੇ ਵਿੱਚ ਕ੍ਰੋਏਸ਼ੀਆ ਨੇ ਇਤਿਹਾਸ ਰਚਿਆ। ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿੱਚ ਆਖਿਰਕਾਰ ਕ੍ਰੋਏਸ਼ੀਆ ਨੇ ਥਾਂ ਬਣਾ ਹੀ ਲਈ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਮੈਚ ਦੇ ਵਿੱਚ ਕ੍ਰੋਏਸ਼ੀਆ ਨੇ ਇੰਗਲੈਂਡ ਨੂੰ 2-1 ਦੇ ਫਰਕ ਦੇ ਨਾਲ ਮਾਤ ਦੇ ਕੇ ਫਾਈਨਲ ਦੇ ਵਿੱਚ ਥਾਂ ਬਣਾ ਲਈ ਹੈ। ਕ੍ਰੋਏਸ਼ੀਆ ਦੀ ਫਾਈਨਲ 'ਚ ਟੱਕਰ ਫਰਾਂਸ ਦੇ ਨਾਲ ਹੋਵੇਗੀ। ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਕ੍ਰੋਏਸ਼ੀਆ ਨੇ ਪਹਿਲੀ ਵਾਰ ਐਂਟਰੀ ਲਈ ਹੈ। ਕ੍ਰੋਏਸ਼ੀਆ ਤੇ ਇੰਗਲੈਂਡ ਦਰਮਿਆਨ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਦੋਨਾਂ ਟੀਮਾਂ ਵਿਚਾਲੇ ਰੈਗੂਲਰ ਟਾਈਮ ਤੱਕ ਸਕੋਰ 1-1 ਦੀ ਬਰਾਬਰੀ ਤੇ ਰਿਹਾ ਪਰ ਐਕਸਟਰਾ ਟਾਈਮ ਦੇ ਵਿੱਚ 109ਵੇਂ ਮਿੰਟ 'ਚ ਕ੍ਰੋਏਸ਼ੀਆ ਦੇ ਲਈ ਮਾਰੀਓ ਮੈਟਸਕਿਚ ਨੂੰ ਗੋਲ ਕਰ ਕ੍ਰੋਏਸ਼ੀਆ ਨੂੰ ਰਾਹਤ ਦਾ ਸਾਹ ਦਿਵਾਇਆ। ਇਸ ਤੋਂ ਬਾਅਦ ਇੰਗਲੈਂਡ ਨੇ ਲਗਾਤਾਰ ਗੋਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਪਰ ਟੀਮ ਨੂੰ ਗੋਲ ਨਸੀਬ ਨਹੀਂ ਹੋ ਸਕਿਆ। ਇੰਗਲੈਂਡ ਨੂੰ ਮੈਚ ਦੇ 5ਵੇਂ ਮਿੰਟ ਵਿੱਚ ਹੀ ਕਾਮਯਾਬੀ ਮਿਲੀ ਜਦੋਂ ਟ੍ਰਿਪਰ ਨੇ ਫ੍ਰੀ ਕਿੱਕ ਨੂੰ ਗੋਲ ਦੇ ਵਿੱਚ ਤਬਦੀਲ ਕਰ ਦਿੱਤਾ। ਇਸ ਤੋਂ ਬਾਅਦ ਮੈਚ ਦੇ 29ਵੇਂ ਮਿੰਟ ਦੇ ਵਿੱਚ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਨੇ ਗੋਲ ਕਰਨ ਦਾ ਸ਼ਾਨਦਾਰ ਮੌਕਾ ਗਵਾਇਆ। ਕ੍ਰੋਏਸ਼ੀਆ ਦੇ ਗੋਲਕੀਪਰ ਦੀ ਸੂਝ-ਬੂਝ ਟੀਮ ਦੇ ਕੰਮ ਆਈ। ਮੈਚ ਦੇ ਹਾਫ ਟਾਈਮ ਤੱਕ ਸਕੋਰ 1-0 ਤੇ ਰਿਹਾ। ਮੈਚ ਦੇ ਦੂਜੇ ਹਾਫ ਦੇ ਵਿੱਚ ਕ੍ਰੋਏਸ਼ੀਆ ਨੇ ਅਟੈਕਿੰਗ ਖੇਡ ਦਿਖਾਇਆ ਜਿਸ ਦੇ ਨਤੀਜੇ ਵਜੋਂ 68ਵੇਂ ਮਿੰਟ ਦੇ ਵਿੱਚ ਇਵਾਨ ਪਰਸਿਕ ਨੇ ਗੋਲ ਕਰ ਸਕੋਰ 1-1 ਦੀ ਬਰਾਬਰੀ ਤੇ ਕਰ ਦਿੱਤਾ।
ਪਰਸਿਕ ਨੂੰ 72ਵੇਂ ਮਿੰਟ ਦੇ ਵਿੱਚ ਇੱਕ ਹੋਰ ਮੌਕਾ ਮਿਲਿਆ ਪਰ ਫੁੱਟਬਾਲ ਗੋਲ ਪੋਸਟ ਨਾਲ ਟਕਰਾ ਕੇ ਬਾਹਰ ਆ ਗਏ ਐਂਡ ਇੰਗਲੈਂਡ ਬ੍ਰੀਥ ਅ ਕਲੈਕਟਿਵ ਐਂਡ ਪ੍ਰੋਫਾਉਂਡ ਸਾਈ ਆਫ ਰਿਲੀਫ 90 ਮਿੰਟਾਂ ਦੀ ਸਮਾਪਤੀ ਤੋਂ ਬਾਅਦ ਇੰਜਰੀ ਟਾਈਮ ਤੱਕ ਵੀ ਮੈਚ ਬਰਾਬਰੀ ਤੇ ਰਿਹਾ ਮੈਚ ਐਕਸਟਰਾ ਟਾਈਮ ਦੇ ਵਿੱਚ ਗਿਆ ਤੇ ਕ੍ਰੋਏਸ਼ੀਆ ਨੇ ਮੈਚ ਦੇ ਵਿੱਚ ਬਾਜ਼ੀ ਮਾਰੀ ਕ੍ਰੋਏਸ਼ੀਆ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚੀ ਹੈ ਇਸ ਤੋਂ ਪਹਿਲਾਂ ਵਿਸ਼ਵ ਕੱਪ ਇਤਿਹਾਸ ਦੇ ਵਿੱਚ ਇੱਕ ਵਾਰ ਸੈਮੀ ਫਾਈਨਲ ਦੇ ਵਿੱਚ ਐਂਟਰੀ ਕੀਤੀ ਸੀ 1998 ਦੇ ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਕ੍ਰੋਏਸ਼ੀਆ ਦੀ ਟੀਮ ਸੈਮੀ ਫਾਈਨਲ 'ਚ ਫਰਾਂਸ ਦੇ ਨਾਲ ਭਿੜੀ ਸੀ ਜਿਸ 'ਚ ਫਰਾਂਸ ਦੀ ਟੀਮ ਜੇਤੂ ਰਹੀ ਸੀ ਕ੍ਰੋਏਸ਼ੀਆ ਦੀ ਟੀਮ ਨੂੰ ਤੀਜੇ ਸਥਾਨ ਦੇ ਨਾਲ ਸਬਰ ਕਰਨਾ ਪਿਆ ਸੀ ਕ੍ਰੋਏਸ਼ੀਆ ਦੀ ਟੀਮ 2002, 2006 ਅਤੇ 2014 ਦੇ ਵਿਸ਼ਵ ਕੱਪ ਦੇ ਗਰੁੱਪ ਸਟੇਜ 'ਚੋਂ ਹੀ ਬਾਹਰ ਹੁੰਦੀ ਰਹੀ ਸਾਲ 2010 ਦੇ ਵਿੱਚ ਤਾਂ ਕ੍ਰੋਏਸ਼ੀਆ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਵੀ ਨਹੀਂ ਕਰ ਸਕਿਆ ਸੀ ਟੀ20 ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤ ਇੰਗਲੈਂਡ ਦੇ ਖਿਲਾਫ ਵਨ ਡੇ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਹੈ ਇੰਗਲੈਂਡ ਦੌਰੇ ਤੇ ਗਈ ਭਾਰਤੀ ਟੀਮ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣੀ ਹੈ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਬ੍ਰਿਗੇਡ ਨੇ ਇੰਗਲੈਂਡ ਤੋਂ 3 ਮੈਚਾਂ ਦੀ ਟੀ20 ਲੜੀ 2-1 ਦੇ ਨਾਲ ਜਿੱਤੀ ਸੀ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਜਿੱਤ ਦੇ ਨਾਲ ਆਗਾਜ਼ ਕਰਨਾ ਚਾਹੇਗੀ ਭਾਰਤ ਨੇ ਮੁਕਾਬਲੇ 'ਚ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਭਾਰਤ ਵੱਲੋਂ ਸਿਧਾਰਥ ਕੌਲ ਡੈਬਿਊ ਕਰ ਰਹੇ ਨੇ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਬੁਲੇਟਿਨ ਦੇ ਵਿੱਚ ਅੱਜ ਦੇ ਲਈ ਬਸ ਇੰਨਾ ਹੀ ਮੈਨੂੰ ਦੋ ਇਜਾਜ਼ਤ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਬਨੇ ਰਹੋ ABP ਸਾਂਝਾ ਦੇ ਨਾਲ